ਅਜੇ ਵੱਖਰੀ ਗੱਲ ਹੈ ਵੀ ਸਾਡੀ ਜਿਹੜੀ ਕੌਮ ਹੈ ਉਹ ਸ਼ਸਤਰਾਂ ਤੋਂ ਖਾਲੀ ਹੋ ਗਈ ਹੈ। ਕੋਈ ਸਾਡੇ ਕੋਲ ਸ਼ਸਤਰ ਨਹੀਂ, ਪਾਉਣ ਨੂੰ ਤਿਆਰ ਨਹੀਂ। ਜੇ ਕਿਰਪਾਨ ਵੀ ਪਾਉਂਦੇ ਹਾਂ ਤਾਂ ਉਹ ਵੀ ਨਿੱਕੀ ਜਿਹੀ ਇੱਕ ਸ਼ਗਨ ਜਿਹਾ ਹੀ ਕਰਦੇ ਹਾਂ ਵੀ ਪਾਈ ਹੈ। ਸਾਡੇ ਕੋਲ ਸ਼ਸਤਰ ਨਹੀਂ, ਸਾਨੂੰ ਤਾਂ ਕੁੱਤਾ ਪੈ ਜਾਵੇ ਤਾਂ ਅਸੀਂ ਭੱਜ ਕੇ ਕੰਧਾਂ 'ਤੇ ਚੜੀਦਾ ਵੀ ਜਾਨ ਬਚਾਈਏ। ਕੁੱਤੇ ਕੋਲੋਂ ਬਚਣ ਵਾਸਤੇ ਸਾਡੇ ਕੋਲ ਕੁਝ ਨਹੀਂ। ਅਤੇ ਡੰਡਾ ਸੋਟਾ ਜੇ ਕਿਤੇ ਅਸੀਂ ਬਾਜ਼ਾਰ ਵਿੱਚੋਂ ਫੈਂਸੀ ਜਿਹਾ ਲੈ ਵੀ ਆਈਏ, ਉਹ ਵੀ ਵਿਖਾਵਾ ਹੀ ਹੁੰਦਾ ਵੀ ਆਹ ਡੇਢ ਕੁ ਫੁੱਟ ਦਾ ਹੁੰਦਾ ਅਤੇ ਉਹ ਵੀ ਇੱਕ ਕੁੱਤੇ 'ਤੇ ਮਾਰਿਆ ਅਤੇ ਡੰਡਾ ਟੁੱਟ ਜਾਣਾ ਅਤੇ ਕੁੱਤੇ ਨੇ ਲੱਤ ਫੜ ਲੈਣੀ ਹੈ। ਰੋ ਵਿਚਾਰ ਇਹ ਹੈ ਵੀ ਸਾਡੇ ਕੋਲ ਅੱਜ ਸ਼ਸਤਰਾਂ ਤੋਂ ਅਸੀਂ ਹੀਣੇ ਹਾਂ, ਹਥਿਆਰ ਸਾਡੇ ਕੋਲ ਕੋਈ ਨਹੀਂ ਰਹਿ ਗਿਆ। ਜੁੱਤੀ ਸਾਡੇ ਪੈਰਾਂ ਵਿੱਚ 5,000-7,000 ਦੀ ਹੋ ਸਕਦੀ ਹੈ, ਪਰ ਸ਼ਸਤਰ ਸਾਡੇ ਕੋਲ ਹੋ ਸਕਦਾ 1,000 ਰੁਪਈਏ ਵਾਲਾ ਵੀ ਨਾ ਹੋਵੇ। ਪਰ ਜਦੋਂ ਕਿਤੇ ਬਿਪਤਾ ਪੈ ਗਈ ਨਾ ਆ ਕੇ, ਉਦੋਂ ਮਹਿੰਗੀ ਜੁੱਤੀ ਨੇ ਨਹੀਂ ਬਚਾਉਣਾ ਹੈ, ਉਦੋਂ ਸ਼ਸਤਰ ਨਹੀਂ ਬਚਾਉਣਾ ਹੈ। ਨਹੀਂ ਤਾਂ ਦਿੱਲੀ ਦਾ ਕਤਲੇਆਮ ਪੜ੍ਹ ਕੇ ਵੇਖ ਲਓ 84 ਸਮੇਂ ਦਾ, ਅਤੇ ਉਸ ਵੇਲੇ ਕੀ ਹੋਇਆ, ਇਹੋ ਕੁਝ ਹੀ ਹੋਇਆ ਨਾ ਉਸ ਵੇਲੇ। ਬੜੇ ਬੜੇ ਤਗੜੇ ਘਰ ਨੇ, ਰਹੀਸ ਲੋਕ ਰਹਿੰਦੇ ਨੇ, ਮਹਿੰਗਾਈ ਭਾਵੇਂ ਕਿੰਨੀ ਹੈ ਪਰ ਉਹਨਾਂ ਦੇ ਕੋਲ ਬੜੇ ਬੜੇ ਮਹਿੰਗੇ ਜੁੱਤੇ ਨੇ, ਮਹਿੰਗੀਆਂ ਗੱਡੀਆਂ, ਮਹਿੰਗੇ ਬੰਗਲੇ ਨੇ, ਪਰ ਜਦੋਂ ਮਾਰ ਪਈ ਨਾ ਆ ਕੇ ਟਾਇਰ ਪਾ ਪਾ ਕੇ ਸਾੜਿਆ ਗਿਆ ਅਤੇ ਉਹ ਜੁੱਤੇ ਬੰਗਲੇ ਬਚਾ ਨਹੀਂ ਸਕੇ। ਬਚਿਆ ਉਹੀ ਹੈ ਜਿਹਦੇ ਕੋਲ ਕੋਈ ਹੈ ਸੀ ਹੱਥ ਵਿੱਚ, ਹਥਿਆਰ ਕਿਸੇ ਨੇ ਰੱਖਿਆ ਸੀ, ਉਹੀ ਬਚ ਸਕਿਆ ਹੈ। ਇਹ ਮਤਾ ਸੋਚਿਆ ਕਰੋ ਵੀ ਸਾਨੂੰ ਆ ਕੇ ਫਲਾਣਾ ਬਚਾਵੇਗਾ, ਕਿਸੇ ਨਹੀਂ ਜੇ ਬਚਾਉਣਾ। ਜਦੋਂ ਹਕੂਮਤੀ ਜੰਗ ਹੁੰਦਾ ਹੈ ਨਾ, ਉਸ ਵੇਲੇ ਫਿਰ ਬੰਦੇ ਵਰਗਾ ਵਹਿਸ਼ੀ ਜਾਨਵਰ ਕੋਈ ਨਹੀਂ ਹੈ, ਕੋਈ ਤਰਸ ਕੋਈ ਦਇਆ ਨਹੀਂ। ਰੋ ਵਿਚਾਰ ਇਹ ਹੈ ਵੀ ਸ਼ਸਤਰ ਦੇ ਨਾਲ ਸਭ ਕੁਝ ਲਿਆ ਜਾ ਸਕਦਾ, ਇੱਜ਼ਤ ਵੀ ਬਚਾਈ ਜਾ ਸਕਦੀ ਹੈ, ਆਪਣੀ ਜਾਨ ਵੀ ਬਚਾਈ ਜਾ ਸਕਦੀ ਹੈ। ਬਿਨਾਂ ਸ਼ਸਤਰ ਤੋਂ ਤੁਹਾਡੇ ਕੋਲ ਮਹਿੰਗੀ ਗੱਡੀ ਹੈ, ਬੰਗਲਾ, ਬੂਟ ਵਗੈਰਾ, ਜੁੱਤੀ, ਜੋ ਵੀ ਹੈ ਕੱਪੜਾ, ਉਹਦੇ ਨਾਲ ਜਾਨ ਅਤੇ ਇੱਜ਼ਤ ਨਹੀਂ ਬਚਾਈ ਜਾ ਸਕਦੀ ਹੈ। ਸ਼ਸਤਰਾਂ ਤੋਂ ਸਾਡੀ ਕੌਮ ਹੀਣੀ ਹੋ ਗਈ ਹੈ। ਬਿਨਾਂ ਸ਼ਸਤਰ ਕੇਸੰਗ ਨਾ ਦਿਓ ਦਦਾਰੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬਚਨ ਇਹ ਹੈ ਮੋਰ ਆਗਿਆ, ਗੁਰੂ ਗੋਬਿੰਦ ਸਿੰਘ ਦੇ ਬਚਨ। ਹੁਣ ਆਪਾਂ ਇਹ ਵੇਖੀਏ ਵੀ ਆਪਾਂ ਆਗਿਆ ਮੰਨਦੇ ਹਾਂ ਕਿ ਨਹੀਂ ਮੰਨਦੇ। ਇਹ ਹੈ ਮੋਰ ਆਗਿਆ, ਸੁਣੋ ਹੇ ਪਿਆਰੇ। ਮਹਾਰਾਜ ਕਹਿੰਦੇ ਪਿਆਰੇ ਸਿੱਖੋ ਇਹ ਮੇਰੀ ਆਗਿਆ। ਜਿਹੜਾ ਸਿੱਖ ਆਗਿਆ ਨਾ ਮੰਨੇ ਉਹ ਮਹਾਰਾਜ ਦਾ ਸਿੱਖ ਨਹੀਂ ਹੈ, ਕਿਉਂਕਿ ਆਗਿਆ ਵਿੱਚ ਨਹੀਂ, ਹੁਕਮ ਦੇ ਵਿੱਚ ਨਹੀਂ। ਇਹ ਮੋਰ ਆਗਿਆ, ਸੁਣੋ ਹੇ ਪਿਆਰੇ, ਪਿਆਰੇ ਸਿੱਖੋ ਸਾਡੀ ਆਗਿਆ। ਦਸਵੇਂ ਪਾਤਸ਼ਾਹ ਕਹਿ ਰਹੇ ਕਿਹੜੀ ਆਗਿਆ ਹੈ, ਬਿਨਾਂ ਸ਼ਸਤਰ ਕੇਸੰਗ ਦਿਉ ਨਾ ਦਦਾਰੇ।